नमस्कार, आप देख रहे हैं भारत न्यूज टीवी। मैं हूं आपके साथ प्रिया सिंह। चलिए नजर डालते हैं आज की कुछ खास खबरों की तरफ। मामला मोगा जिले के गांव चूहरचक का है, जहां की रहने वाली 26 वर्षीय गुरसिख हरप्रीत कौर की शादी 2015 में फिरोजपुर के ग्रामीण क्षेत्र तलवंडी भाई के पास लल्ले गांव के गुरप्यार सिंह से हुई थी, जिसके 3 बच्चे भी हैं। लेकिन उसका पति गुरप्यार सिंह नशे का आदी होकर उसे पीटता था और अपने मायके से पैसे लाने की बात करता था। वहीं जब लड़की की मौत की खबर उसके माता पिता तक पहुंची, तो वे लड़के की हत्या के संदेह में शव का पोस्टमार्टम करवाना चाहते थे, क्योंकि लड़की के शरीर पर चोटों के निशान स्पष्ट रूप से दिखाई दे रहे थे। इसी कारण लड़की के ससुराल वालों ने पुलिस की मौजूदगी में उन पर हमला कर दिया, जिसमें लड़की के परिवार के साथ आए पत्रकार को भी बुरी तरह पीटा गया। लेकिन पुलिस मौके पर होने के बावजूद कुछ नहीं कर पाई। वहीं दूसरी तरफ अब लड़की के परिवार के घायल सदस्य को सिविल अस्पताल फिरोजपुर में भर्ती कराया गया है और लड़की का शव भी पोस्टमार्टम के लिए सिविल अस्पताल फिरोजपुर में है। वहीं पुलिस से संपर्क करने के बाद उन्होंने कहा कि पोस्टमार्टम रिपोर्ट के अनुसार कानूनी कार्रवाई की जाएगी। दूसरी तरफ सवाल यह उठता है कि लड़की के परिवार वाले चाहते थे कि लड़की का पोस्टमार्टम हो और ससुराल वालों ने उनकी पिटाई कर दी। एक तरफ जहां लड़की का परिवार अपनी बेटी की मौत के लिए न्याय मांग रहा है, तो वहीं दूसरी तरफ उन पर किए हमले के लिए भी लड़का पक्ष पर कार्रवाई की मांग जारी है। ਕੀ ਵਾਕਿਆ ਹੋਇਆ ਲੜਕੀ ਨੇ? ਵਾਕਿਆ ਇਸ ਤਰ੍ਹਾਂ ਜੀ, ਅਸੀਂ ਸਾਨੂੰ ਨਾ ਕੁੜੀ ਦਾ ਪਿਓ ਗਿਆ ਸਾਡੇ ਘਰ ਮੇਰੇ ਕੋਲ, ਅਤੇ ਉਹਨਾਂ ਵੀ ਬਾਈ ਜੀ ਨਾਲ ਚਾਦਰੀ ਮੇਰੀ ਕੁੜੀ ਮਾਰਤੀ ਉਹਨਾਂ ਨੇ, ਅਤੇ ਮੈਂ ਕਿਹਾ ਵੀ ਚੱਲ ਵੜਦੇ ਹਾਂ। ਪਹਿਲਾਂ ਤਾਂ ਮੈਂ ਮੇਰਾ ਨਹੀਂ ਸਰਦਾ ਸੀ, ਮੈਂ ਆ ਨਹੀਂ ਰਾਜੀ ਸੀ, ਸਰੀਰ ਢਿੱਲਾ ਸੀ। ਚਲੋ ਫਿਰ ਮੈਂ ਕਿਹਾ ਚੱਲ ਦੁੱਖ ਦੀ ਗੱਲ ਆ, ਚੱਲ ਵੜਦੇ। ਫਿਰ ਮੈਂ ਇਸ ਵੀਰ ਨੂੰ ਫੋਨ ਲਾਇਆ, ਇਹਨੂੰ ਨਾਲ ਤਿਆਰ ਕੀਤਾ। ਫਿਰ ਇਹ ਨਾਲ ਤਿਆਰ ਕੀਤੇ ਬੰਦੇ ਜਾਣੀ 5-7। ਫਿਰ ਅਸੀਂ ਉੱਥੋਂ ਆਏ ਤਲਵੰਡੀ ਚੌਂਕੀ, ਤਲਵੰਡੀ ਚੌਂਕੀ ਅਸੀਂ ਲਿਖਾ ਕੇ ਮੁਲਾਜ਼ਮ ਸਾਡੇ ਨਾਲ ਦੋ ਗਏ। ਮੁਲਾਜ਼ਮਾਂ ਨੇ ਉੱਥੇ ਆਪਣੀ ਕਾਰਵਾਈ ਕੀਤੀ, ਫੋਟੋ ਕੀਤੀਆਂ ਜੋ ਕਰਨੀ ਸੀ ਉਹਨਾਂ ਨੇ ਕਰਕੇ। ਅਤੇ ਉਹ ਜਿਹੜਾ ਬੰਦਾ ਲੰਮਾ ਜਿਹਾ ਸੀ ਨਾ, ਉਹ ਬੰਦਾ ਸਾਨੂੰ ਉੱਥੇ ਹੀ ਪੂਰਾ ਬੋਲਣ ਲੱਗ ਪਿਆ, ਬੰਦਾ ਅਤੇ ਦੋ ਬੁੜੀਆਂ ਜਿਹੇ ਨਾਲ। ਇੱਥੇ ਤਾਂ ਲਾਸ਼ਾਂ ਦੇ ਢੇਰ ਲੱਗਣਗੇ, ਤੁਸੀਂ ਇੱਕ ਲਿਜਾਣ ਨੂੰ ਵਰਦੇ ਹੋ, ਇੱਥੇ ਤਾਂ ਹੋਰ ਲਾਸ਼ਾਂ ਦੇ ਢੇਰ ਲੱਗਣੇ। ਜਾਣੀ ਉਹਨਾਂ ਨੇ ਵਧੀਆ ਵਿਹਾਰ ਨਹੀਂ ਕੀਤਾ, ਹੱਕ ਸੀਗਾ ਉਹਨਾਂ ਦਾ ਸਾਨੂੰ ਪਾਣੀ ਪਾਣੀ ਪਿਆਉਂਦੇ, ਸਾਡੇ ਨਾਲ ਵਧੀਆ ਪਿਆਰ ਕਰਦੇ, ਪਿਆਰ ਨਾਲ ਸਾਡੇ ਨਾਲ ਬੋਲਦੇ। ਮਤਲਬ ਇਸ ਗੱਲ ਦੇ ਬਜਾਏ ਉਹਨਾਂ ਨੇ ਪੁੱਠੀ ਕਰਦੀ। ਹੋਰ ਫਿਰ ਇਹ ਮੁੰਡਿਆਂ ਨੇ ਸਾਡਿਆਂ ਨੇ ਗਲ ਪੈ ਗਏ, ਜਦੋਂ ਲਾਸ਼ ਚੱਕ ਲਈ ਮੁਲਾਜ਼ਮਾਂ ਨੇ ਚੁਕਾਤੀ, ਅਤੇ ਮੁੜ ਕੇ ਇਹਨਾਂ ਮੁੰਡਿਆਂ ਨੇ ਗਲ ਪੈ ਗਏ। ਇਹਨਾਂ ਨੇ ਮਾਰੀਆਂ ਮੁੱਕੀਆਂ ਮੱਖੀਆਂ ਬਹੁਤ। ਚਲੋ ਇਹ ਵੀ ਬੰਦੇ ਸੀਗੇ ਵਾਹਵਾ, ਉਹਨਾਂ ਤੋਂ ਨਿਕਲ ਆਏ, ਜਾਣੀ ਮਸਾਂ ਨਿਕਲੇ, ਫਿਰ ਬੰਦੇ ਉਹਨਾਂ ਨੇ ਅੰਦਰ ਤਾਰੇ ਸਾਡੀ ਕੋਲ। ਕੁੜੀ ਦੀ ਮੌਤ ਕਦੋਂ ਹੋਈ ਸੀ? ਮੌਤ ਦੇ ਟਾਈਮ ਦਾ ਨਹੀਂ ਪਤਾ ਜੀ, ਚੰਗਾ ਕਹਿ। ਇਹ ਵਿੱਚ ਕੀ ਘਟਨਾ ਕੀ ਵਾਪਰੀ ਹੈ ਜੀ? ਘਟਨਾ ਵਾਪਰੀ, ਤੁਸੀਂ ਰਾਤ ਦਾ ਇਹਨਾਂ ਦਾ ਘਰ ਝਗੜਾ ਪੈ ਰਿਹਾ ਸੀਗਾ, ਕੁੜੀ ਨੇ ਫੋਨ ਲਾਇਆ ਸੀ ਸਾਡੇ ਘਰ ਆਓ ਤੁਸੀਂ, ਮੰਮੀ ਨੂੰ ਲਾਇਆ ਸੀਗਾ ਫੋਨ, ਅਤੇ ਡੈਡੀ ਜੀ ਗਏ ਆ, ਅਤੇ ਜਿਸ ਟਾਈਮ 'ਤੇ ਡੈਡੀ ਜੀ ਘਰ ਪਹੁੰਚਿਆ, ਕੁੜੀ ਉਸ ਟਾਈਮ 'ਤੇ ਘਰ ਹੈ ਨਹੀਂ ਸੀ। ਅਤੇ ਰਾਜੀਵ ਹਸਪਤਾਲ ਦੇ ਵਿੱਚ ਲੈ ਗਏ, ਕਹਿੰਦੇ ਜੀ ਕੁੜੀ ਨੂੰ ਕਰੰਟ ਲੱਗਾ। ਜਦੋਂ ਆ ਕੇ ਉੱਥੋਂ ਹਸਪਤਾਲ ਦੇ ਵਿੱਚ ਘਰ ਵਾਪਸ ਲੈਣ ਦੀ, ਅਤੇ ਕੁੜੀ ਦੇ ਆ ਕੇ ਨਿਸ਼ਾਨ ਦੇ ਹੀ ਵੇਖੇ, ਸਾਰੇ ਗੱਲ ਦੇ ਵਿੱਚ ਫਾਹਾ ਦਿੱਤਾ ਹੋਇਆ। ਮਾਤਾ ਜੀ ਕੀ ਗੱਲ ਬਣੀ ਹੈ ਤੁਹਾਡੀ ਲੜਕੀ? ਹਾਂ ਦਿੱਤਾ ਬਾਈ ਜੀ ਇਹਨਾਂ ਨੇ, ਮੈਂ 9-6 ਵਜੇ ਮੇਰੇ ਨਾਲ ਗੱਲ ਕੀਤੀ ਆ ਕੁੜੀ ਮੇਰੀ ਨੇ, ਕੁੜੀ ਮੇਰੀ ਕਹਿੰਦੀ ਮੈਨੂੰ ਲੈਣ ਆ ਜਾਂ ਕਹਿੰਦੀ ਮੁੜ ਕੇ ਡੈਡੀ ਨੂੰ ਤੋਰ ਦੇ, ਡੈਡੀ ਇਹਨੇ ਰੋਟੀ ਦੇ ਕੇ ਮੈਂ ਤੋਰਤਾ, ਮੁੜ ਕੇ ਇਹਨੂੰ ਫੂਨ ਲਾਤਾ, ਅਤੇ ਡੈਡੀ ਨੂੰ ਵੀ ਇਹ ਮੈਨੂੰ ਬਿਜਲੀ ਲੱਗ ਗਈ ਕੁੜੀ ਨੂੰ, ਮੁੜ ਕੇ ਇੱਥੇ ਆ ਗਿਆ ਅਤੇ ਸੋਰੀ ਕੁੜੀ ਦੇ, ਅਤੇ ਕੁੜੀ ਨੂੰ ਕੋਈ ਦੱਸਿਆ ਵਾਸਤਾ ਨਹੀਂ ਵੀ ਕਿਹੜੇ ਹਸਪਤਾਲ ਆ ਕਿਹੜੇ ਨਹੀਂ ਗੀ। ਨਹੀਂ ਕੁੜੀ ਨੇ ਕੀ ਫਾਇਆ ਲਿਆ ਜਾਂ ਖਾਧਾ ਕੁਛ? ਨਹੀਂ ਖਾਧਾ ਖੁਦਾ ਕੁਛ ਨਹੀਂ ਬਾਈ ਜੀ, ਇਹਨਾਂ ਨੇ ਮਾਰੀ ਆ, ਇਹਨਾਂ ਨੇ ਬਾਹਰ ਲੈ ਕੇ ਮਾਰਤੀ ਇਹਨਾਂ ਨੇ। ਕੋਈ ਬੇਟੀ ਦੀ ਕਿੰਨੀ ਉਮਰ ਕਿੰਨੀ? 26 ਸਾਲ ਦੀ। ਕਿੰਨੇ ਨੇ? 3 ਬੱਚੇ ਆ ਜੀ। ਹੋ ਗਿਆ 6-7 ਸਾਲ 15 ਤੁਹਾਡਾ ਨਾਮ ਕੀ? ਮੇਰਾ ਨਾਂ ਇਕਬਾਲ ਸਿੰਘ ਹੈ ਜੀ। ਮੇਰੇ ਪਿੰਡ ਦੀ ਲੜਕੀ ਸਾਡੀ ਭਤੀਜੀ ਲੱਗਦੀ ਹੈ, ਜੋ ਲੱਲੇ ਪਿੰਡ ਵਿਆਹੀ ਹੋਈ ਸੀ। ਠੀਕ ਹੈ ਜੀ, ਸਵੇਰੇ ਉਹਨੇ ਕਾਲ ਕੀਤੀ ਆਪਣੇ ਘਰ ਵੀ ਮੈਨੂੰ ਸਹੁਰਾ ਪਰਿਵਾਰ ਤੰਗ ਕਰ ਰਿਹਾ ਅਤੇ ਮੇਰੇ ਕੋਲ ਆਓ ਤੁਸੀਂ ਜਾਂ ਮੈਨੂੰ ਲੈ ਜਾਓ। ਅਤੇ ਜਦੋਂ ਜੀ ਇਹਨਾਂ ਨੇ ਦੁਬਾਰਾ ਫੋਨ ਵਗੈਰਾ ਕੀਤਾ ਅਤੇ ਉਹ ਕਹਿੰਦੇ ਵੀ ਲਾਸ਼ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਜਦੋਂ ਅਸੀਂ ਸਾਰੇ ਪਿੰਡ ਦੇ ਮੋਹਤਬਾਰ ਸੱਜਣ ਸਾਰੇ ਇੱਥੇ ਆਏ ਜੀ, ਅਤੇ ਉਹ ਕਾਫੀ ਰੌਲਾ ਪੈ ਚੁੱਕਾ ਸੀਗਾ ਜੀ, ਅਤੇ ਮੁਲਾਜ਼ਮ ਵੀ ਆਏ। ਅਤੇ ਉਸ ਤੋਂ ਬਾਅਦ ਜੀ ਜਦੋਂ ਸਾਡੇ ਪਿੰਡ ਦੇ
बहुत बार सज्जनों ने मांग की कि भी लड़की का पोस्टमार्टम कराना, पता लगे उसकी क्यों मौत हुई है, की कारण है। पहले तो लाश चक्कर नहीं दे रहे जी सानू, असी फिर प्रशासन को रिक्वेस्ट की, उन्होंने साड़ी हेल्प की। तो जो लाश असी चक्की जी, जो लाश तुरन लगी लैके, उस तो बाद मुलाजम बयान लिखन लग गए जी सारे पिंड के, तो सानू सारे सट्टा मारन लग गए जी। साढ़े काफ़ी बंद ने सिर भी पाड़ते है, उन्होंने अंदर भी ताड़ लिया है, तो मैनू भी बुरी तरह कुटिया। हालांकि असं कोई चंगा नहीं माड़ा नहीं कुछ, जो थोड़े नाल बंदे सी हजे भी उत्थे उन्हां कोल ने, कुछ उन्हां कोल है जी, कुछ रास्ते च आ रहे हैं जी। किसी मुलाजमान नूं असीं रिक्वेस्ट की भी साढ़े बंदे नूं अंदर ताड़िया होया, तो साढ़े काफ़ी बुरी हालत की जी, उन्होंने कुट के साढ़े 20-25 जने पिंडों आए, सारे नूं सारा पिंड पै निकले जी। साबका सरपंचा विच कुछ उन्हां दे कुछ होर बहुत बार बंदे ने जी। तुहाडा नाम की? इकबाल सिंह जी। हरप्रीत कौर वाइफ ऑफ गुरप्यार सिंह पिंड लले जी वही है, उत्थे वो फाह लैके मर गई है। उत्थे पुलिस के मौके जाके लाश कब्जे से लैके पोस्टमार्टम लिए भेज दी है, तो जो भी मदई उनके माँ प्यो वेरीफाई करके कानूनी कार्रवाई होगी, बनती कानूनी कार्रवाई की जाएगी।